ਦੁਪਹਿਰ 1 ਵਜੇ ਦਾ ਸਮਾਂ ਹੋ ਚੁੱਕਾ ਹੈ। ਤੁਸੀਂ ਦੇਖ ਸਕਦੇ ਹੋ ਸਕੂਲਾਂ ਵਿੱਚ ਛੁੱਟੀ ਹੋ ਚੁੱਕੀ ਹੈ, ਗਰਮੀ ਦੀਆਂ ਛੁੱਟੀਆਂ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਨੇ। ਸੋਮਵਾਰ ਤੋਂ ਸਕੂਲ ਜਿਹੜੇ ਰੈਗੂਲਰ ਸ਼ੁਰੂ ਹੋ ਚੁੱਕੇ ਨੇ, ਪਰ ਗਰਮੀ ਕਰਕੇ ਲਗਾਤਾਰ ਬੱਚਿਆਂ ਨੂੰ ਕਿਤੇ ਨਾ ਕਿਤੇ ਦਿੱਕਤ ਪਰੇਸ਼ਾਨੀ ਹੋ ਰਹੀ ਹੈ। ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਵਿੱਚ ਕਾਫੀ ਗਰਮੀ ਜਿਹੜੀ ਉਹ ਪੈ ਰਹੀ ਹੈ। ਅੱਜ ਵੀ ਟੈਂਪਰੇਚਰ ਜਿਹੜਾ ਉਹ 40 ਡਿਗਰੀ ਦੇ ਆਸ ਪਾਸ ਹੈ, ਜਿਸ ਨਾਲ ਬਹੁਤ ਦਿੱਕਤ ਪਰੇਸ਼ਾਨੀ, ਲਗਾਤਾਰ ਦਿੱਕਤ ਬੱਚਿਆਂ ਨੂੰ, ਕਿਉਂਕਿ ਗਰਮੀ ਦਾ ਮਾਹੌਲ ਹੈ। ਭਾਵੇਂ ਗਰਮੀ ਦੀਆਂ ਛੁੱਟੀਆਂ ਖਤਮ ਹੋ ਚੁੱਕੀਆਂ ਨੇ, ਪਰ ਬੱਚੇ ਜਿਹੜੇ ਨੇ ਉਹ ਗਰਮੀ ਵਿੱਚ ਸਕੂਲ ਆ ਜਾ ਰਹੇ ਨੇ। ਕਾਫੀ ਮੁਸ਼ਕਲ ਹੋ ਰਹੀ ਹੈ ਗਰਮੀ ਕਰਕੇ। ਬੱਚਿਆਂ ਤੋਂ ਪੁੱਛਦੇ ਕਿੰਨੀ ਦਿੱਕਤ ਹੈ ਬੇਟਾ ਗਰਮੀ ਕਰਕੇ? ਕਿੰਨੀ ਦਿੱਕਤ ਹੈ? ਬਹੁਤ ਦਿੱਕਤ ਹੈ। ਕੀ ਕੀ ਪਰੇਸ਼ਾਨੀ ਆਉਂਦੀ ਗਰਮੀ ਕਰਕੇ? ਪਾਣੀ ਦੀ ਪ੍ਰੋਬਲਮ ਹੁੰਦੀ ਆ, ਹੋਰ ਵੀ ਤੇ ਕਾਫੀ ਪ੍ਰੋਬਲਮਸ ਆ। ਇੰਨੀ ਜ਼ਿਆਦਾ ਧੁੱਪ ਹੈਗੀ ਹੈ, ਫਿਰ ਧੁੱਪ ਤੋਂ ਬਚਣ ਵਾਸਤੇ ਕੀ ਕਰਦੇ ਹੋ? ਕੁਛ ਨਹੀਂ, ਵੈਸੇ ਸਾਡਾ ਲਾਗੇ ਹੋਸਟਲ ਹੈ, ਅਸੀਂ ਤੇ ਹੋਸਟਲ 'ਚ ਚੱਲ ਜਾਂਦੇ। ਅੱਛਾ, ਗਰਮੀ ਦੀਆਂ ਛੁੱਟੀਆਂ ਖਤਮ ਹੋ ਗਈਆਂ ਬੇਟਾ? ਹਾਂਜੀ, ਹੋ ਗਈਆਂ ਖਤਮ। ਚਾਹੀਦੀਆਂ ਨਹੀਂ ਥੋੜ੍ਹੀਆਂ ਹੋਰ ਛੁੱਟੀਆਂ ਹੋਣੀਆਂ ਚਾਹੀਦੀਆਂ ਸੀ? ਕਾਫੀ ਹੋਣੀਆਂ ਚਾਹੀਦੀਆਂ ਸੀ, ਵੈਸੇ ਕਾਫੀ ਹੋਣੀਆਂ ਚਾਹੀਦੀਆਂ, ਗਰਮੀ ਬਹੁਤ ਹੈ ਵੈਸੇ। ਬਿਲਕੁਲ ਜੀ, ਗਰਮੀ ਦੀਆਂ ਛੁੱਟੀਆਂ ਜਿਹੜੀਆਂ ਉਹ ਹੋਰ ਪ੍ਰਸ਼ਾਸਨ ਨੂੰ ਵਧਾਉਣੀਆਂ ਚਾਹੀਦੀਆਂ, ਕਿਉਂਕਿ ਬੱਚਿਆਂ ਨੂੰ ਕਿਤੇ ਨਾ ਕਿਤੇ ਦਿੱਕਤ ਹੈ ਗਰਮੀ ਕਰਕੇ। ਗਰਮੀ ਬਹੁਤ ਜ਼ਿਆਦਾ ਹੈਗੀ ਹੈ ਔਰ ਬੱਚੇ ਗਰਮੀ 'ਚ ਪਰੇਸ਼ਾਨ ਹੋ ਰਹੇ ਨੇ। ਬੇਟਾ ਦੱਸੋ ਕਿੰਨੀ ਕੁ ਗਰਮੀ ਹੈ, ਕਿੰਨੀ ਦਿੱਕਤ ਹੈ? ਬਹੁਤ ਜ਼ਿਆਦਾ ਗਰਮੀ ਆ ਵੀ, ਬਹੁਤ ਦਿੱਕਤ ਆ ਵੀ, ਅਤੇ ਗਰਮੀ ਬਹੁਤ ਲੱਗਦੀ ਆ ਵੀ, ਇਸ ਕਰਕੇ ਨਾ ਬੱਚਿਆਂ ਦਾ ਬਹੁਤ ਬੁਰਾ ਹਾਲ ਆ ਵੀ। ਬੇਟਾ ਗਰਮੀ ਦੀਆਂ ਛੁੱਟੀਆਂ ਖਤਮ ਹੋ ਗਈਆਂ? ਹਾਂਜੀ, ਹੋ ਗਈਆਂ। ਕਦੋਂ ਖਤਮ ਹੋਈਆਂ? ਬਸ ਥੋੜ੍ਹਾ ਪਰਸੋਂ ਹੋਈਆਂ ਛੁੱਟੀਆਂ ਖਤਮ। ਕਿੰਨੀਆਂ ਛੁੱਟੀਆਂ ਮਿਲੀਆਂ ਸੀ? ਇੱਕ ਮਹੀਨੇ ਦੀਆਂ। ਇਹ ਜ਼ਿਆਦਾ ਨਹੀਂ ਚਾਹੀਦੀਆਂ ਛੁੱਟੀਆਂ? ਇੱਕ ਮਹੀਨਾ ਹੋਰ ਕਰ ਦਿਓ, ਹੋਰ ਕਰ ਦਿਓ, ਮਹੀਨਾ ਚਾਹੀਦੀਆਂ। ਕਿੰਨੀ ਕਿੰਨੀ ਦਿੱਕਤ ਪਰੇਸ਼ਾਨੀ ਬੇਟਾ ਗਰਮੀ ਕਰਕੇ? ਬਹੁਤ ਜ਼ਿਆਦਾ, ਬਹੁਤ ਮੰਦਾ ਹਾਲ ਹੁੰਦਾ ਗਰਮੀ ਕਰਕੇ ਤੇ। ਮੁੜਕਾ ਆਉਂਦਾ ਪਸੀਨਾ ਆਉਂਦਾ। ਹਾਏ, ਬਹੁਤ ਜ਼ਿਆਦਾ ਬੈਠਾ ਨਹੀਂ ਜਾਂਦਾ, ਠੰਡਾ ਪਾਣੀ ਵੀ ਨਹੀਂ ਪੀਣ ਨੂੰ ਮਿਲਦਾ। ਤੇ ਬਹੁਤ ਹੋਣਾ ਚਾਹੀਦਾ, ਛੁੱਟੀਆਂ ਹੋਰ ਵਧਣੀਆਂ ਚਾਹੀਦੀਆਂ ਗਰਮੀ 'ਚ? ਹਾਂਜੀ, ਬਹੁਤ ਜ਼ਿਆਦੀਆਂ ਹਾਂ ਵਧਣੀਆਂ ਚਾਹੀਦੀਆਂ ਹੈ। ਆਹ ਗਰਮੀ ਜਿੰਨੇ ਤੱਕ ਹੈਗੀ, ਥੋੜ੍ਹੀਆਂ ਛੁੱਟੀਆਂ ਵੱਧ ਜਾਂਦਾ ਫਿਰ ਠੀਕ ਹੈ। ਅੱਛਾ, ਅੰਮ੍ਰਿਤਸਰ ਦੀ ਗੱਲ ਕੀਤੀ, ਕਿੰਨੀ ਗਰਮੀ ਅੰਮ੍ਰਿਤਸਰ 'ਚ ਪੈ ਰਹੀ ਹੈ? ਬਹੁਤ ਜ਼ਿਆਦਾ, ਬੱਚਿਆਂ ਨੂੰ ਫਿਰ ਤੋਂ ਛੁੱਟੀਆਂ ਹੋਣੀਆਂ ਚਾਹੀਦੀਆਂ ਬਸ। ਨਹੀਂ, ਛੁੱਟੀਆਂ ਤਾਂ ਖਤਮ ਹੋ ਗਈਆਂ ਗਰਮੀ ਦੀਆਂ, ਪਰ ਗਰਮੀ ਨਹੀਂ ਖਤਮ ਹੋਈ ਹਜੇ ਤੱਕ। ਹਾਂਜੀ ਹਾਂਜੀ, ਹੋਰ ਵੱਧ ਗਈ ਹੈ। ਤੇ ਬੱਚੇ ਕੀ ਚਾਹੁੰਦੇ ਫਿਰ? ਹੋਰ ਛੁੱਟੀਆਂ, ਹੋਰ ਛੁੱਟੀਆਂ ਕੰਪਲੀਟ। ਤੁਸੀਂ ਦੱਸੋ ਤੁਸੀਂ ਕਿੰਨੀ ਦਿੱਕਤ ਪਰੇਸ਼ਾਨੀ ਗਰਮੀ ਕਰਕੇ? ਬਹੁਤ ਜ਼ਿਆਦਾ ਗਰਮੀ ਪੈ ਰਹੀ ਆ। ਤੇ ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ? ਛੁੱਟੀ ਹੋਰ ਵਧਣ। ਬਿਲਕੁਲ ਜੀ, ਬੱਚੇ ਚਾਹੁੰਦੇ ਨੇ ਵੀ ਜਿਹੜੀਆਂ ਛੁੱਟੀਆਂ ਹੋਰ ਵਧਣੀਆਂ ਚਾਹੀਦੀਆਂ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਤੁਸੀਂ ਦੇਖ ਸਕਦੇ ਹੋ ਅਸਮਾਨ 'ਚ ਕਿਸ ਤਰ੍ਹਾਂ ਜਿਹੜੀ ਧੁੱਪ ਹੈਗੀ ਉਹ ਬਿਲਕੁਲ ਲੱਗੀ ਹੋਈ ਹੈ, ਕਾਫੀ ਤੇਜ਼ ਧੁੱਪ ਹੈਗੀ ਹੈ ਔਰ ਬੱਚਿਆਂ ਨੂੰ ਆਉਣ ਜਾਣ 'ਚ ਵੀ ਦਿੱਕਤ ਹੋ ਰਹੀ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਜਿਹੜੀ ਵੀ ਗਰਮੀ ਦੀਆਂ ਛੁੱਟੀਆਂ ਹੈਗੀਆਂ ਉਹ ਜਿਹੜੀਆਂ ਛੁੱਟੀਆਂ ਹੋਰ ਵਧਾਈਆਂ ਜਾਣ, ਤਾਂ ਜੋ ਗਰਮੀ ਦਾ ਪ੍ਰਕੋਪ ਆਉਣ ਵਾਲੇ ਦਿਨਾਂ ਵਿੱਚ ਘਟੇ, ਤਾਂ ਬੱਚਿਆਂ ਨੂੰ ਵੀ ਥੋੜ੍ਹੀ ਗਰਮੀ ਤੋਂ ਰਾਹਤ ਮਿਲ ਸਕੇ ਅਤੇ ਬੱਚੇ ਆਰਾਮ ਨਾਲ ਸਕੂਲ ਆ ਜਾ ਸਕਣ। ਕੈਮਰਾ ਪਰਸਨ ਵਿਪਨ ਸ਼ਰਮਾ, ਸਿਕੰਦਰ ਪਸੀਚਾ, ਡੈਨਿਸ ਟੀਵੀ, ਅੰਮ੍ਰਿਤਸਰ।